ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਲੱਖ ਲੱਖ ਵਧਾਈਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਜਾਨੀ ਕਿ ਗੁਰਪੁਰਬ ਦੀਆਂ ਤੇ ਅੱਜ ਆਪਾਂ ਨੂੰ ਬਹੁਤ ਹੀ ਇੱਕ ਚੰਗੀ ਖਬਰ ਮਿਲੀ ਹੈ ਜੋ ਆਪਣੀ ਬਹੁਤ ਅਜ਼ਰਤੋਂ ਮੰਗੇ ਸੀ ਕਿ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਬਾਲ ਦਿਵਸ ਜਿਹੜਾ ਆਪਾਂ ਮਨਾਉਣਾ ਚਾਹੁੰਦੇ ਹਾਂ ਠੀਕ ਹੈ ਤੇ ਇਸ ਲਈ ਕੇਂਦਰ ਸਰਕਾਰ ਨੇ ਅੱਜ ਬਹੁਤ ਚੰਗੀ ਖਬਰ ਸੁਣਾਈ ਹੈ 26 ਦਸੰਬਰ ਦਾ ਜਿਹੜਾ ਦਿਨ ਹੈ ਉਸ ਦਿਨ ਨੂੰ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਵੇਗਾ ਠੀਕ ਹੈ ਸੋ ਇਹ ਸਮੁੱਚੇ ਪੰਜਾਬੀਆਂ ਦੇ ਲਈ ਇੱਕ ਬਹੁਤ ਚੰਗੀ ਖਬਰ ਹੈ ਠੀਕ ਹੈ ਆਪਣੀ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਦਿਨ ਆਪਾਂ ਹੁਣ ਮਨਾ ਸਕਾਂਗੇ ਠੀਕ ਹੈ ਤਾਂ ਮੈਂ ਨਹੀਂ ਚਾਹੁੰਦਾ ਕਿ ਇਹਨੂੰ ਕਿਸੇ ਵੀ ਤਰੀਕੇ ਨਾਲ ਰਾਜਨੀਤਿਕ ਰੂਪ ਵਿੱਚ ਦੇਖਿਆ ਜਾਵੇ ਆਪਣੀ ਇੱਕ ਮੰਗ ਸੀ ਉਸ ਨੂੰ ਪੂਰਾ ਕੀਤਾ ਗਿਆ ਹੈ ਠੀਕ ਹੈ ਜੀ ਤੇ ਸਾਰੇ ਵਧਾਈ ਦੇ ਪਾਤਰ ਨੇ ਤੇ ਹੁਣ ਆਪਾਂ ਗੱਲ ਕਰੀਏ ਕਿ ਇਸ ਵੀਡੀਓ ਦਾ ਕੀ ਮਕਸਦ ਹੈ ਨਾ ਇਸ ਵੀਡੀਓ ਦੇ ਦੋ ਮਕਸਦ ਨੇ ਇੱਕ ਇਹਦਾ ਸਿਰਫ ਵਧਾਈਆਂ ਦੇਣੀਆਂ ਸੀਗੀਆਂ ਤੇ ਦੂਜਾ ਕਿ ਬੱਚਿਆਂ ਨੂੰ ਆਉਣ ਵਾਲੇ ਕੰਪੀਟੀਟਿਵ ਜਿਹੜੇ ਪੇਪਰ ਨੇ ਉਹਨਾਂ ਦੇ ਵਿੱਚ ਇਹ ਪੁੱਛਿਆ ਵੀ ਜਿਹਾ ਸਾਡਾ ਕੁਐਸਚਨ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਕਿਸ ਦਿਵਸ ਦੀ ਘੋਸ਼ਣਾ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ ਜਨ ਕਿ ਬਹਾਦਰ ਸਹਿਬਜ਼ਾਦਿਆਂ ਦੇ ਦੀ ਕੁਰਬਾਨੀ ਨੂੰ ਸਮਰਪਿਤ ਠੀਕ ਹੈ ਦਿਨ ਦੇ ਰੂਪ ਵਿੱਚ ਕੀਤੀ ਗਈ ਹੈ ਤਾਂ ਉਹ ਦਿਨ ਹੈ 26 ਦਸੰਬਰ ਸੋ ਉਮੀਦ ਕਰਦਾ ਕਿ ਇਹ ਜਿਹੜੀ ਚੰਗੀ ਖਬਰ ਇੱਕ ਕੇਂਦਰੀ ਸਰਕਾਰ ਵੱਲੋਂ ਆਈ ਹੈ ਉਹ ਪੰਜਾਬੀਆਂ ਦੇ ਹਿਰਦਿਆਂ ਦੇ ਵਿੱਚ ਇੱਕ ਪੋਜ਼ਿਟਿਵਿਟੀ ਭਰੂਗੀ ਠੀਕ ਹੈ ਕਿਉਂਕਿ ਆਪਾਂ ਇੱਕ ਸਹਿਬਜ਼ਾਦਿਆਂ ਨੂੰ ਸਮਰਪਿਤ ਦਿਵਸ ਨੂੰ ਮਨਾ ਸਕਾਂਗੇ ਸੋ ਬਹੁਤ-ਬਹੁਤ ਧੰਨਵਾਦ ਤੇ ਲੱਖ-ਲੱਖ ਵਧਾਈਆਂ ਇੱਕ ਵਾਰ ਫਿਰ ਤੋਂ